ਅਤੇ ਹਾਂਜੀ ਮਿੱਤਰੋ ਲੈ ਕੇ ਆ ਜਾਓ ਨਾ ਜਮਾਤ 9ਵੀਂ ਵਾਲਿਆਂ ਦੇ ਲਈ ਪੰਜਾਬੀ ਏ ਦਾ ਪੇਪਰ ਜੋ ਕਿ ਤੁਹਾਡਾ 7 ਮਾਰਚ ਨੂੰ ਹੋਣ ਵਾਲਾ ਹੈ। 7 ਮਾਰਚ ਦਾ ਪੇਪਰ ਦੋਸਤੋ 2024 ਦੇ ਸੈਸ਼ਨ ਵਿੱਚ ਲੈ ਕੇ ਆ ਜਾਓ ਨਾ। ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਕਿਉਂਕਿ ਦੋਸਤੋ ਫੁੱਲੀ ਸੋਲਡ ਪੇਪਰ ਤੁਹਾਨੂੰ ਕਰਾਇਆ ਗਿਆ ਹੈ। ਵੀਡੀਓ ਦੇ ਅੰਤ ਤੱਕ ਬਣੇ ਰਹਿਣਾ, ਚੈਨਲ ਦਾ ਨਵਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਜਿਸ ਤਰ੍ਹਾਂ ਕਿ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਆਜੂਗਾ ਕੁੱਲ ਅੰਕ 65 ਨੰਬਰਾਂ ਦਾ ਹੋਊਗਾ, 3 ਘੰਟਾ ਦਾ ਸਮਾਂ ਹੋਊਗਾ ਤੁਹਾਨੂੰ ਖੁੱਲ੍ਹਾ ਸਮਾਂ ਹੈ। ਤੁਹਾਨੂੰ ਜਿਸ ਤਰ੍ਹਾਂ ਕਿ ਦੋਸਤੋ ਪਹਿਲਾ ਕੁਐਸਚਨ ਹੋ ਜਾਵੇ ਸੁੰਦਰ ਲਿਖਾਏ ਦੇ ਵੱਖਰੇ ਅੰਕ ਦਿੱਤੇ ਜਾਣਗੇ, 5 ਅੰਕ ਤੁਹਾਨੂੰ ਸੁੰਦਰ ਲਿਖਾਏ ਦੇ ਮਿਲ ਜਾਣਗੇ। ਅਤੇ ਅੱਗੇ ਅੱਜ ਦੋਸਤੋ ਵਸਤੂਨਿਸ਼ਟ ਪ੍ਰਸ਼ਨ ਜੋ ਕਿ ਦੋਸਤੋ 10 ਕੁਐਸਚਨ ਹੋਣਗੇ 2-2 ਨੰਬਰਾਂ ਦੇ। ਕੁਦਰਤ ਦੇਵੀ ਨੇ ਮੁੱਠੀ ਵਿੱਚ ਭਰਿਆ ਚੀਜ਼ਾਂ ਕਿੱਥੇ ਸੁੱਟੀਆਂ, ਸਮੁੰਦਰ ਵਿੱਚ। ਵਹਿੰਦਾ ਜਾਇ ਕਵਿਤਾ ਕਿਸ ਦੀ ਰਚਨਾ ਹੈ, ਧਨੀ ਰਾਮ ਚਿਤ੍ਰਿਕ ਦੀ। ਧਨੀ ਰਾਮ ਚਾਤ੍ਰਿਕ ਦੀ ਇਸਦਾ ਆਂਸਰ ਹੋਜੂਗਾ। ਜੇ ਰਾਮ ਅਤੇ ਬੇਬੇ ਨਾਨਕੀ ਕਿੱਥੇ ਰਹਿੰਦੇ ਸਨ, ਸੁਲਤਾਨਪੁਰ। ਇਸਦਾ ਆਂਸਰ ਹੋਜੂਗਾ ਗੁਰੂ ਤੋਂ ਮਗਰੋਂ ਕੌਣ ਸਹਾਇਕ ਹੈ, ਵਿੱਦਿਆ। ਕਿਸਨ ਦੇਈ ਨੇ ਆਪਣਾ ਮਕਾਨ ਕਿੰਨੇ ਰੁਪਏ ਵਿੱਚ ਵੇਚਿਆ, 46,000। ਠੀਕ ਹੈ ਦੋਸਤੋ, 46,000 ਇਸਦਾ ਆਂਸਰ ਹੋਜੂਗਾ। ਸਿਰਜਣਾ ਇਕਾਂਗੀ ਦਾ ਮੁੱਖ ਪਾਤਰ ਕੌਣ ਹੈ, ਕੁਲਦੀਪ। ਇਸਦਾ ਆਂਸਰ ਹੋਜੂਗਾ ਕੁਲਦੀਪ। ਬੰਤਾ ਜ਼ਿੰਦਗੀ ਦੀ ਤੁਲਨਾ ਕਿਸ ਨਾਲ ਕਰਦਾ ਹੈ, ਪਈਏ ਨਾਲ। ਮੋਹਨ ਸਿੰਘ ਚਿੱਠੀਆ ਵਿੱਚ ਕੀ ਲਿਖ ਕੇ ਦੁਖੀ ਹੋ ਜਾਂਦਾ ਸੀ, ਲੋਕਾਂ ਦਾ ਦੁੱਖ। ਠੀਕ ਹੈ ਦੋਸਤੋ, ਮੋਹਨ ਸਿੰਘ ਚਿੱਠੀਆਂ ਵਿੱਚ ਕੀ ਲਿਖ ਕੇ ਦੁਖੀ ਹੋ ਜਾਂਦੇ ਸੀ, ਲੋਕਾਂ ਦਾ ਦੁੱਖ। ਭਾਰਤ ਆਉਣ ਤੱਕ ਇਕਾਂਗੀ ਦੇ ਕਿੰਨੇ ਦਰਸ਼ਨ, 9। ਇਸਦਾ ਆਂਸਰ ਹੋਜੂਗਾ ਬੰਤੇ ਦੇ ਮਾਂ ਕਿੱਥੇ ਰਹਿੰਦੀ ਸੀ, ਉੱਤਰ ਦੋਸਤੋ ਤੁਹਾਡਾ ਅਜੇ ਪਿੰਡ ਵਿੱਚ ਆ। ਅਤੇ ਅੱਗੇ ਆ ਜੀ ਦੋਸਤੋ, ਪ੍ਰਸ਼ਨ ਨੰਬਰ 3, ਕਿਸੇ ਇੱਕ ਕਾਵਿ ਟੋਟੇ ਦੇ ਪ੍ਰਸੰਗ ਸਹਿਤ ਵਿਆਖਿਆ ਕਰੋ, ਜੋ ਕਿ ਦੋਸਤੋ ਊੜਾ ਕਰ ਸਕਦੇ ਹਨ, ਜੋ ਕਿ ਤੁਸੀਂ ਪ੍ਰਸੰਗ ਆ ਜੀ ਦੋਸਤੋ ਤੁਹਾਡਾ ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੁਆਰਾ ਲਿਖੋ ਇੱਕ ਕਵਿਤਾ ਵਹਿੰਦਾ ਜਾਏ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਆਪਣਾ ਚੱਕਰ ਪੂਰਾ ਕਰਨ ਲਈ ਵਰਖਾ ਦੇ ਰੂਪ ਵਿੱਚ ਪਹਾੜਾਂ 'ਤੇ ਡਿੱਗਦਾ ਹੈ ਅਤੇ ਚਟਾਨਾਂ ਨਾਲ ਖਹਿੰਦਾ ਹੋਇਆ ਆਪਣੀ ਮੰਜ਼ਿਲ ਸਮੁੰਦਰ ਵੱਲ ਵੱਧਦਾ ਜਾਂਦਾ ਹੈ। ਵਿਆਖਿਆ ਹੋ ਜੂ ਦੋਸਤੋ ਤੁਹਾਡੀ, ਕਵੀ ਦੱਸਦਾ ਹੈ ਕਿ ਨਦੀ ਦਾ ਪਾਣੀ ਪਹਾੜਾਂ ਤੋਂ ਥੱਲੇ ਆ ਰਿਹਾ ਹੈ, ਇਹ ਪਾਣੀ ਕਈ ਥਾਵਾਂ 'ਤੇ ਡਿੱਗਦਾ ਢਹਿੰਦਾ ਅਤੇ ਚੱਕਰ ਖਾਂਦਾ, ਕਈ ਚਟਾਨਾਂ ਨਾਲ ਖਹਿੰਦਾ ਚੋਟਾਂ ਖਾਂਦਾ ਹੋਇਆ ਹੇਠਾਂ ਉਤਰਦਾ ਹੈ। ਇਸ ਪ੍ਰਕਾਰ ਪਹਾੜਾਂ 'ਤੇ ਉਤਰ ਕੇ ਨਦੀ ਦਾ ਇਹ ਪਾਣੀ ਅੱਗੇ ਵੱਧਦਾ ਜਾਂਦਾ ਹੈ। ਆਪਣੀ ਧੁਨ ਵਿੱਚ ਮਸਤੀ ਅੰਦਰ ਨਹੀਂ ਛੱਡਦੀ ਉਦਮ ਦੀ ਵਾਦੀ, ਔਖੀ ਹੋ ਸੌਖੀ ਹੋ ਜਾਵੇ, ਵੱਧੀ ਹੋਵੇ ਵੱਧਦੀ ਜਾਵੇ। ਇਹ ਵਾਲੀ ਜਿਹੜੀ ਤੁਸੀਂ ਇਹ ਵੀ ਲਿਖ ਸਕਦੇ ਹੋ, ਦੋਨਾਂ ਵਿੱਚ ਇੱਕ ਕਰ ਸਕਦੇ ਹੋ, ਅਤੇ ਵੀਡੀਓ ਨੂੰ ਪੋਸਟ ਕਰਕੇ ਇਹ ਵੀ ਤੁਸੀਂ ਯਾਦ ਕਰਨੀ ਹੋਵੇ ਤਾਂ ਕਰ ਸਕਦੇ ਹੋ। ਅਤੇ ਪ੍ਰਸ਼ਨ ਨੰਬਰ 4 ਜੀ ਦੋਸਤੋ, ਤੁਹਾਡਾ ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ। ਸਮਾਂ ਜੀ ਦੋਸਤੋ ਤੁਹਾਡਾ ਭਾਈ ਵੀਰ ਸਿੰਘ ਦਾ। ਸਮੇਂ ਦਾ ਸੁਭਾਅ ਹਮੇਸ਼ਾ ਚੱਲਦੇ ਰਹਿਣ ਵਾਲਾ ਹੈ, ਮਨੁੱਖ ਇਸ ਨੂੰ ਕੋਈ ਵੀ ਹਿੱਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮੇਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰ ਲੈਣਾ ਚਾਹੀਦਾ ਹੈ, ਅੱਗਿਓਂ ਅੱਗੇ ਚੱਲਣਾ। ਪ੍ਰੋਫੈਸਰ ਮੋਹਨ ਸਿੰਘ, ਇਹ ਵੀ ਤੁਸੀਂ ਕਰ ਸਕਦੇ ਜੇ ਕਰਨੀ ਹੋਵੇ, ਇੱਕ ਕਰਨੀ ਹੈ ਫਿਲਹਾਲ ਤੁਸੀਂ ਕਵਿਤਾ ਦਾ ਕੇਂਦਰੀ ਭਾਵ। ਅਤੇ ਅੱਗੇ ਦੱਸੋ ਤੋਂ ਤੁਸੀਂ ਕਰ ਸਕਦੇ ਹੋ ਪ੍ਰਸ਼ਨ ਨੰਬਰ 5, ਕਿਸੇ ਇੱਕ ਲੇਖ ਦਾ ਸਾਰ ਲਿਖੋ, ਸੁਲਤਾਨਪੁਰ ਨੂੰ ਤਿਆਰੀ। ਉੱਤੋਂ ਦੋਸਤੋ ਤੁਹਾਡਾ ਜੋ ਪਰਮੇਸ਼ਰ ਦੀ ਆਗਿਆ ਹੋਈ ਤਾਂ ਗੁਰੂ ਨਾਨਕ ਦੇਵ ਬਾਹਰ ਆਏ। ਗੁਰੂ ਜੀ ਦਾ ਭਨੋਈਆ ਜੈਰਾਮ ਨਵਾਬ ਦੌਲਤ ਖਾਂ ਦਾ ਮੋਦੀ ਸੀ। ਜੈਰਾਮ ਨੇ ਜਦੋਂ ਇਹ ਸੁਣਿਆ ਕਿ ਨਾਨਕ ਹੈਰਾਨ ਰਹਿੰਦਾ ਹੈ ਤਾਂ ਅਤੇ ਕੋਈ ਕੰਮ ਕਾਰ ਨਹੀਂ ਕਰਦਾ, ਉਸ ਨੇ ਚਿੱਠੀ ਲਿਖ ਕੇ ਗੁਰੂ ਨਾਨਕ ਨੂੰ ਕਿਹਾ ਕਿ ਉਹ ਉਸ ਨੂੰ ਮਿਲੇ। ਚਿੱਠੀ ਨੂੰ ਪੜ੍ਹ ਕੇ ਜਦੋਂ ਗੁਰੂ ਨਾਨਕ ਦੇਵ ਜੈਰਾਮ ਨੂੰ ਮਿਲਣ ਦੀ ਗੱਲ ਕੀਤੀ ਤਾਂ ਘਰਦਿਆਂ ਨੇ ਕਿਹਾ ਕਿ ਇਹ ਚੰਗਾ ਹੋਵੇ ਜੋ ਉਹ ਉੱਥੇ ਚਲਾ ਜਾਵੇ, ਸ਼ਾਇਦ ਉਸ ਦਾ ਮਨ ਉੱਥੇ ਟਿਕ ਜਾਵੇ। ਜਦੋਂ ਗੁਰੂ ਨਾਨਕ ਜੀ
ਸੁਲਤਾਨਪੁਰ ਜਾਣ ਲੱਗੇ ਤਾਂ ਉਹਨਾਂ ਦੀ ਪਤਨੀ ਵੈਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀਂ ਸੀ ਲਾਉਂਦੇ। ਪਰਦੇਸ ਜਾ ਕੇ ਉਹ ਕਿਸ ਤਰ੍ਹਾਂ ਉਸ ਕੋਲ ਵਾਪਸ ਆਉਣਗੇ। ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਉੱਥੇ ਵੀ ਕੁਝ ਨਹੀਂ ਸੀ ਕਰਦੇ, ਉੱਥੇ ਜਾ ਕੇ ਵੀ ਕੁਝ ਕਰਨ ਦੀ ਆਸ ਨਹੀਂ, ਉਹ ਉਸ ਦੇ ਕਿਸੇ ਕੰਮ ਆਉਣ ਜੋਗੀ ਨਹੀਂ। ਗੁਰੂ ਜੀ ਪਤਨੀ ਨੇ ਬੇਨਤੀ ਕੀਤੀ ਕਿ ਉਸਦੇ ਉਹ ਘਰ ਬੈਠੇ ਹੁੰਦੇ ਸਨ ਤਾਂ ਉਹ ਸਮਝਦੀ ਸੀ ਕਿ ਉਸ ਨੂੰ ਸਾਰੇ ਜਹਾਨ ਦੀ ਪਾਸਾਈ ਮਿਲੀ ਹੋਈ ਸੀ, ਉਸ ਤੋਂ ਬਿਨਾਂ ਉਸ ਇਹ ਸੰਸਾਰ ਉਸ ਦੇ ਕਿਸੇ ਕੰਮ ਨਹੀਂ। ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਕੋਈ ਫਿਕਰ ਨਾ ਕਰੋ, ਇੱਕ ਦਿਨ ਉਸ ਦੀ ਪਾਸਾਈ ਹੋਵੇਗੀ। ਉਸ ਦੇ ਨਾਲ ਜਾਣ ਦੀ ਜਿੱਦ ਕਰਨ 'ਤੇ ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਉਹ ਜਾਂਦੇ ਹਨ, ਜੇਕਰ ਉਹਨਾਂ ਦੇ ਰੁਜ਼ਗਾਰ ਦੀ ਕੋਈ ਗੱਲ ਬਣੇਗੀ ਤਾਂ ਉਹ ਉਸ ਨੂੰ ਵੀ ਬੁਲਾ ਲੈਣਗੇ। ਇਹ ਸੁਣ ਕੇ ਗੁਰੂ ਜੀ ਦੀ ਪਤਨੀ ਚੁੱਪ ਕਰ ਗਈ। ਗੁਰੂ ਜੀ ਸਕੇ ਸਮੁੰਦੀਆਂ ਤੋਂ ਵਿਦਾ ਲੈ ਕੇ ਸੁਲਤਾਨ ਵੱਲ ਚੱਲ ਪਏ। ਇਹ ਹੋ ਗਿਆ ਦੋਸਤੋ ਕਿਸੇ ਇੱਕ ਲੇਖ ਦਾ ਸਾਰ, ਅਤੇ ਗਲੀ ਵਿੱਚ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਦਿੱਤਾ ਗਿਆ ਹੈ। ਠੀਕ ਹੈ ਦੋਸਤੋ, ਗਲੀ ਵਿੱਚ ਵੀ ਇਹ ਕਰ ਸਕਦੇ ਹੋ, ਵੀਡੀਓ ਨੂੰ ਪੋਸਟ ਕਰਕੇ ਅਤੇ ਯਾਦ ਜ਼ਰੂਰ ਕਰ ਲੈਣਾ ਜੋ ਕਿ ਇਹ ਹੋ ਜੂਗਾ ਤੁਹਾਡਾ ਗਲੀ ਵਿੱਚ। ਅਤੇ ਅੱਗੇ ਦੋਸਤੋ ਆਜੂਗਾ ਕੋਈ ਦੋ ਪ੍ਰਸ਼ਨ ਕਰੋ, ਜੈਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁਝ ਕੀਤਾ? ਤੁਹਾਡਾ ਉੱਤਰ ਦੋਸਤੋ ਆਜੂ। ਜੈਰਾਮ ਨੇ ਜਦੋਂ ਇਹ ਸੁਣਿਆ ਕਿ ਗੁਰੂ ਨਾਨਕ ਹੈਰਾਨ ਰਹਿੰਦੇ ਹਨ ਅਤੇ ਕੋਈ ਕੰਮ ਨਹੀਂ ਕਰਦੇ, ਤਾਂ ਉਸਨੇ ਉਹਨਾਂ ਨੂੰ ਚਿੱਠੀ ਲਿਖ ਕੇ ਸੁਲਤਾਨਪੁਰ ਬੁਲਾ ਲਿਆ ਅਤੇ ਫਿਰ ਨਵਾਬ ਦੌਲਤ ਖਾਨ ਦੇ ਦਰਬਾਰ ਵਿੱਚ ਪੇਸ਼ ਕਰਕੇ ਉਸ ਨੂੰ ਨਵਾਬ ਦੀ ਆਗਿਆ ਨਾਲ ਮੋਦੀਖਾਨੇ ਵਿੱਚ ਨੌਕਰੀ ਉੱਤੇ ਲਵਾ ਦਿੱਤਾ। ਅਤੇ ਵੱਡਿਆਂ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ? ਜਦੋਂ ਕੋਈ ਆਪਣੇ ਤੋਂ ਵੱਡਾ ਰਾਹ ਵਿੱਚ ਮਿਲੇ ਤਾਂ ਸਾਨੂੰ ਖੜ੍ਹੇ ਹੋ ਕੇ ਸਿਰ ਝੁਕਾ ਕੇ ਅਤੇ ਹੱਥ ਜੋੜ ਕੇ ਪੈਰੀ ਪੈਣਾ ਜਾਂ ਮੱਥਾ ਟੇਕਣਾ ਚਾਹੀਦਾ ਹੈ, ਉਸ ਦੇ ਅੱਗੇ ਨਹੀਂ ਲੰਘਣਾ ਚਾਹੀਦਾ ਸਗੋਂ ਉਸ ਦੇ ਮਗਰ ਤੁਰਨਾ ਚਾਹੀਦਾ ਹੈ। ਜੇਕਰ ਉਸ ਤੋਂ ਅੱਗੇ ਲੰਘਣਾ ਹੋਵੇ ਤਾਂ ਆਗਿਆ ਲੈਣੀ ਚਾਹੀਦੀ ਹੈ। ਵੱਡਿਆਂ ਦੇ ਸਾਹਮਣੇ ਸਾਨੂੰ ਖਿੜਖਿੜਾ ਕੇ ਨਹੀਂ ਹੱਸਣਾ ਚਾਹੀਦਾ, ਜੇਕਰ ਨਿਰਲੱਜਤਾ ਭਰੀ ਅਤੇ ਕਠੋਰ ਬੋਲੀ ਨਹੀਂ ਬੋਲਣੀ ਚਾਹੀਦੀ। ਵਹਿਮੀ ਤਾਇਆ ਲੇਖਣ ਦਾ ਕੀ ਉਪਦੇਸ਼ ਹੈ? ਸੰਖੇਪ ਢੁਕਵਾਂ ਉੱਤਰ ਦਿਓ। ਠੀਕ ਹੈ ਦੋਸਤੋ, ਇਹ ਕਰ ਸਕਦੇ ਹੋ ਅਤੇ ਸੱਸਾ ਕੁਐਸਚਨ ਵੀ ਤੁਸੀਂ ਕਰ ਸਕਦੇ ਹੋ। 4 ਕੁਐਸਚਨ ਹਨ ਅਤੇ 4ਾਂ ਵਿੱਚ ਦੋਸਤੋ ਤੁਸੀਂ 2 ਕੁਐਸਚਨ ਕਰਨੇ ਹਨ। ਜੇ ਇਹ ਕਰਨੇ ਹੋਣ ਤਾਂ ਤੁਸੀਂ ਵੀਡੀਓ ਨੂੰ ਪੋਸਟ ਕਰਕੇ ਕਰ ਸਕਦੇ ਹੋ। ਅਤੇ ਅੱਗੇ ਦੋਸਤੋ ਅੱਜ ਪ੍ਰਸ਼ਨ ਨੰਬਰ 7, ਕਿਸੇ ਇੱਕ ਕਹਾਣੀ ਦਾ ਸਾਰ ਲਿਖੋ। ਵਸੀਰਾ ਨਵਤੇਜ ਸਿੰਘ ਦੀ ਇਹ ਕਹਾਣੀ ਆਜੂਗੀ ਤੁਹਾਡੀ, ਜਿਸ ਤਰ੍ਹਾਂ ਕਿ ਇਹ ਦਿੱਤੀ ਗਈ ਹੈ। ਠੀਕ ਹੈ ਦੋਸਤੋ, ਇਹ ਆਜੂ ਤੁਹਾਡੀ ਕਹਾਣੀ ਅਤੇ ਵੀਡੀਓ ਨੂੰ ਪੋਸਟ ਕਰਕੇ ਕਹਾਣੀ ਨੂੰ ਵੀ ਪੜ੍ਹ ਸਕਦੇ ਹੋ। ਅਤੇ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਇਹ ਕਹਾਣੀ ਹੈ, ਜ਼ਰੂਰ ਪੜ੍ਹ ਲੈਣਾ ਇਸ ਨੂੰ। ਅਤੇ ਬੱਸ ਕੰਡਕਟਰ ਦਲੀਪ ਕੋਟੀਵਾਣਾ ਦੀ ਇਹ ਕਹਾਣੀ, ਇਹ ਵੀ ਤੁਸੀਂ ਲਿਖ ਸਕਦੇ ਹੋ ਜੇ ਲਿਖਣੀ ਚਾਹੋ। ਦੋਨਾਂ ਵਿੱਚ ਜਿਹੜੀ ਵੀ ਸੌਖੀ ਲੱਗਦੀ ਹੈ ਤੁਸੀਂ ਇਹ ਕਹਾਣੀ ਉਹ ਲਿਖ ਸਕਦੇ ਹੋ ਤੁਸੀਂ। ਠੀਕ ਹੈ ਦੋਸਤੋ, ਇਹ ਕਹਾਣੀ ਹੋ ਗਈ ਤੁਹਾਡੀ। ਅਤੇ ਪ੍ਰਸ਼ਨ ਨੰਬਰ 8 ਆ ਜੋ, ਕਿਸੇ 2 ਪ੍ਰਸ਼ਨ ਕਰੋ। ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਾਉਣਾ ਚਾਹੁੰਦਾ ਸੀ? ਜੁਗਲ ਪ੍ਰਸਾਦ ਚਾਹੁੰਦਾ ਸੀ ਕਿ ਸ਼ੁਰੂ ਤੋਂ ਅੰਗਰੇਜ਼ੀ ਪੜ੍ਹਾਉਣ ਵਾਲੇ ਸਕੂਲ ਵਿੱਚ ਜੋਤੀ ਅੰਗਰੇਜ਼ੀ ਸਿੱਖ ਕੇ ਨਿਪੁੰਨ ਬਣ ਜਾਵੇ। ਉਹ ਸਮਝਦਾ ਸੀ ਕਿ ਕਿਸੇ ਸਕੂਲ ਵਿੱਚ ਬੱਚੇ ਦੀ ਸ਼ਖਸੀਅਤ ਅਤੇ ਉਸਾਰੀ ਲਈ ਵਿਸ਼ੇਸ਼ ਮੌਕੇ ਦਿੱਤੇ ਜਾਂਦੇ ਹਨ, ਜਿਸ ਨਾਲ ਬੱਚੇ ਸਾਫ਼ ਸੁਥਰਾ ਰਹਿਣਾ, ਚੰਗੇ ਕੱਪੜੇ ਪਹਿਨਣਾ ਅਤੇ ਪਿਆਰ ਨਾਲ ਮਿਲ ਜੁਲ ਕੇ ਰਹਿਣ ਤੋਂ ਇਲਾਵਾ ਉਹਨਾਂ ਵਿੱਚ ਸਵੈ ਵਿਸ਼ਵਾਸ ਵਰਗੇ ਗੁਣ ਪੈਦਾ ਵੀ ਹੁੰਦੇ ਹਨ। ਇਹ ਉਹ ਸਮਝਦਾ ਸੀ ਕਿ ਇੱਥੇ ਪੜ੍ਹ ਕੇ ਉਸਦਾ ਪੁੱਤਰ ਵੱਡਾ ਹੋ ਕੇ ਅਫਸਰ ਬਣੇਗਾ। ਕਰੀਮ ਅਤੇ ਰੇਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਕਰਦੇ? ਉੱਤੇ ਦੋਸਤੋ ਤੁਹਾਡਾ ਜੋ ਕਰੀਮੋ ਅਤੇ ਰੇਮੂ ਸਾਰਾ ਦਿਨ ਅਖਰੋਟ ਅਤੇ ਕੌਡੀਆਂ ਨਾਲ ਖੇਡਦੇ, ਗੁਲੇਲਾਂ ਫੜ ਕੇ ਸ਼ਿਕਾਰ ਕਰਦੇ ਜਾਂ ਗਲੀਆਂ ਵਿੱਚ ਵਿਹਲੇ ਲੜਾਈ ਝਗੜਾ ਕਰਦੇ ਫਿਰਦੇ ਰਹਿੰਦੇ? ਉਹ ਬੁਰਾਈ ਤਰ੍ਹਾਂ
ਬੜੀ ਤਰ੍ਹਾਂ ਨੈਤਿਕ ਗਿਰਾਵਟ ਦੇ ਸ਼ਿਕਾਰ ਹੋ ਚੁੱਕੇ ਸਨ। ਇਸ ਕਰਕੇ ਉਹ ਆਪਣੀ ਬਿਮਾਰ ਪਈ ਦੀ ਮਾਂ ਦੀ ਪਰਵਾਹ ਨਹੀਂ ਕਰਦੇ। ਅਤੇ ਦੋਸਤੋ ਈ ਡੀ ਆਪਸ਼ਨ ਹੋ ਜੀ ਤੁਹਾਡੀ ਸਸਾ, ਇਹਨਾਂ ਵਿੱਚ ਤੁਸੀਂ ਦੋ ਕੁਐਸਚਨ ਕਰ ਸਕਦੇ ਹੋ ਕੋਈ ਵੀ, ਠੀਕ ਹੈ। ਦੋਸਤੋ ਚਾਰ ਕੁਐਸਚਨ ਇਹ ਦਿੱਤੇ ਗਏ ਹਨ, ਵੀਡੀਓ ਨੂੰ ਪੋਜ਼ ਕਰਕੇ ਚੌਥਾ ਅਤੇ ਪੰਜਵਾਂ ਕੁਐਸਚਨ, ਸੋਰੀ ਤੀਜਾ ਅਤੇ ਚੌਥਾ ਕੁਐਸਚਨ ਤੁਸੀਂ ਜਿਹੜਾ ਕਿ ਲਿਖ ਸਕਦੇ ਹੋ। ਪ੍ਰਸ਼ਨ ਨੰਬਰ 9 ਜੇ ਦੋਸਤ, ਕਿਸੇ ਇੱਕ ਪਾਤਰ ਦਾ ਚਿਤਰਨ ਕਰੋ। ਸੱਜਣ ਡਾਕਟਰ ਸਤੀਸ਼ ਕੁਮਾਰ ਵਰਮਾ, ਸੱਜਣ ਦਾ ਇੱਕ ਪਾਤਰ ਚਿਤਰਨ ਆ ਜਾਓ ਦੋਸਤੋ ਤੁਹਾਡਾ, ਜਿਵੇਂ ਕਿ ਦਿੱਤਾ ਗਿਆ ਹੈ, ਠੀਕ ਹੈ। ਦੋਸਤੋ ਇਹ ਹੋ ਜਾਓ ਤੁਹਾਡਾ ਪਾਤਰਨ ਚਿਤਰਨ। ਵੀਡੀਓ ਨੂੰ ਪੋਜ਼ ਕਰਕੇ ਦੋਸਤੋ ਜ਼ਰੂਰ ਪੜ੍ਹ ਲੈਣਾ ਇਸ ਨੂੰ। ਇਹ ਹੋ ਜੂਗਾ ਤੁਹਾਡਾ ਪਾਤਰਨ ਚਿਤਰਨ। ਅਤੇ ਦਾਦੀ ਲਿਖ ਸਕਦੇ ਹੋ, ਡਾਕਟਰ ਆਤਮਜੀਤ ਦੀ ਲਿਖੀ ਹੋਈ ਹੈ ਜਿਹੜੀ, ਦਾਦੀ ਦਾ ਪਾਤਰਨ ਚਿਤਰਨ ਆ ਜਾਓ ਇਸ ਤਰ੍ਹਾਂ। ਵੀਡੀਓ ਨੂੰ ਪੋਸਟ ਕਰਕੇ ਦੋਸਤੋ ਜਾਂ ਫਿਰ ਵੀਡੀਓ ਨੂੰ ਸਲੋ ਕਰਕੇ ਤੁਸੀਂ ਇਹ ਪੜ੍ਹ ਸਕਦੇ ਹੋ, ਠੀਕ ਹੈ। ਦੋਸਤੋ ਤੁਸੀਂ ਜ਼ਰੂਰ ਇਹਨੂੰ ਯਾਦ ਕਰ ਲੈਣਾ। ਅਤੇ ਅੱਗੇ ਆ ਜਾਓ ਦੋਸਤੋ, ਤੁਹਾਡਾ ਪ੍ਰਸ਼ਨ ਨੰਬਰ 10, ਹੇਠ ਲਿਖੀ ਵਾਰਤਾਲਾਪ ਵਿੱਚ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨ ਦੇ ਉੱਤਰ ਲਿਓ। ਉੱਤਰ ਦੇਣ ਨਾਲ ਦੋਸਤੋ ਜਿਵੇਂ ਕਿ ਪਹਿਲਾਂ ਇਹ ਤਾਂ ਹੁਣ ਤੁਹਾਡਾ ਮਤਲਬ ਇਹ ਸ਼ੇਰ ਮੁੱਕੇ ਵੱਲ ਹੱਟੀ ਕਰ ਲਈਏ ਅਤੇ ਗਊਮੁੱਖੇ ਵੱਲ ਘਰ ਬਣਾ ਲਈਏ। ਪ੍ਰਸ਼ਨ ਨੰਬਰ ਪਹਿਲਾ ਹੋ ਜੀ ਦੋਸਤੋ, ਇਹ ਸ਼ਬਦ ਕਿਹੜੇ ਇਕਾਂਗੀ ਦੇ ਹਨ? ਉੱਤਰ ਦੋਸਤੋ ਤੁਹਾਡਾ ਆ ਜਾਓ ਗਊਮੁਖਾ ਸ਼ੇਰ ਮੁੱਖਾ। ਇਸ ਇਕਾਂਗੀ ਦਾ ਲੇਖਕ ਕੌਣ ਹੈ? ਗੁਰਚਰਨ ਸਿੰਘ ਜਸੂਜਾ। ਇਹ ਸ਼ਬਦ ਕਿਸਨੂੰ ਕਹੇ? ਉੱਤਰ ਦੋਸਤੋ ਤੁਹਾਡਾ ਜੋ ਇਹ ਸ਼ਬਦ ਚੋਪੜਾ ਸਾਹਿਬ ਸਰਨ ਸਿੰਘ ਨੂੰ ਕਹਿੰਦਾ ਹੈ। ਅਤੇ ਦੋਸਤੋ ਇਹ ਆਲਾ ਆਲਾ ਵੀ ਕੁਐਸਚਨ ਤੁਸੀਂ ਕਰ ਸਕਦੇ ਹੋ ਜੋ ਕਿ ਦਿੱਤਾ ਗਿਆ ਹੈ। ਇਸ ਤਰ੍ਹਾਂ ਦੋਸਤੋ ਤੁਸੀਂ ਆੜਾ ਕੁਐਸਚਨ ਵੀ ਕਰ ਸਕਦੇ ਹੋ। ਪ੍ਰਸ਼ਨ ਨੰਬਰ 11 ਆ ਜੀ ਦੋਸਤੋ, ਤੁਹਾਡਾ ਕਿਸੇ ਇੱਕ ਦਾ ਪਾਤਰਨ ਚਿਤਰਨ ਕਰੋ। ਬੰਤੇ ਦਾ ਪਾਤਰਨ ਚਿਤਰਨ ਇਸ ਤਰ੍ਹਾਂ ਹੋ ਜਾਓ ਤੁਹਾਡਾ ਆਂਸਰ। ਇਹ ਹੋ ਜਾਓ ਦੋਸਤੋ ਬੰਤੇ ਦਾ ਪਾਤਰਨ ਚਿਤਰਨ। ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਇੱਕ ਵਾਰ ਤੁਸੀਂ ਇਹ ਜ਼ਰੂਰ ਪੜ੍ਹ ਲੈਣਾ ਜਾਂ ਫਿਰ ਆਪਣੀ ਨੋਟਬੁੱਕ ਵਿੱਚ ਵੇਖ ਲੈਣਾ। ਤਾਰੋ ਦਾ ਪਾਤਰਨ ਚਿਤਰਨ ਆ ਜਾਓ ਦੋਸਤੋ, ਇਹ ਗਲਤ ਲਿਖਿਆ ਹੈ ਤਾਰੇ, ਠੀਕ ਹੈ। ਦੋਸਤੋ ਤਾਰੋ ਆਉਣਾ ਹੈ ਇੱਥੇ, ਇਹ ਤਾਰੋ ਦਾ ਤੁਸੀਂ ਪਾਤਰਨ ਚਿਤਰਨ ਲਿਖ ਸਕਦੇ ਹੋ ਇਸ ਤਰ੍ਹਾਂ। ਅਤੇ ਦੋਸਤੋ ਫੁੰਮਣ ਦਾ ਪਾਤਰਨ ਚਿਤਰਨ ਕਰ ਸਕਦੇ ਹੋ ਤੁਸੀਂ ਆਪਣੀ ਨੋਟਬੁੱਕ ਵਿੱਚ ਜੇਕਰ ਤੁਸੀਂ ਕਰਨਾ ਚਾਹੋ। ਇੱਕ ਕਰਨਾ ਤੁਸੀਂ ਕੋਈ ਵੀ ਬੰਤੇ ਦਾ, ਤਾਰੋ ਦਾ ਜਾਂ ਫਿਰ ਫੁੰਮਣ ਦਾ, ਠੀਕ ਹੈ ਦੋਸਤੋ। ਇੱਕ ਕਰ ਸਕਦੇ ਹੋ ਦੋਨਾਂ ਤਿੰਨਾਂ ਵਿੱਚੋਂ। ਅਤੇ ਦੋਸਤੋ ਇਸ ਤਰ੍ਹਾਂ ਤੁਹਾਡਾ ਪੂਰਾ ਪੇਪਰ ਸੋਲਵ ਹੋ ਚੁੱਕਿਆ ਹੈ। ਜੇਕਰ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਹੈ ਤਾਂ ਤੁਸੀਂ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਤੇ ਆਪਣਾ ਪੇਪਰ ਜਿਹੜਾ ਲੈ ਸਕਦੇ ਹੋ। 11 ਤਰੀਕ ਨੂੰ ਪੇਪਰ ਹੋਣ ਵਾਲਾ ਤੁਹਾਡਾ, ਉਹ ਵੀ ਆਪਾਂ ਇਸੇ ਚੈਨਲ 'ਤੇ ਅਪਲੋਡ ਕਰਾਂਗੇ, ਤਾਂ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਇਹ ਜੀ ਪੇਪਰ ਹੋਰ ਵੇਖਣ ਦੇ ਲਈ ਦੋਸਤੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।